गुड आफ्टरनून स्टूडेंट्स, आज असी चैप्टर नंबर 6 की वार्म अप का थर्ड पार्ट करांगे। डिवाइड बाय यूजिंग मल्टीप्लीकेशन टेबल्स। ठीक है, डिवाइड करना आपां टेबल्स दे नाल, मल्टीप्लीकेशन टेबल दे नाल। ठीक है बेटा, इहदा जिहड़ा फर्स्ट सम है तुहाडी सारिआं दी बुक ते सॉल्व कीता होया वा, पर सैकेंड सम करांगे। सैकेंड सम की आ, 17 डिवाइड बाय 5 इदा लिखांगे आपां। 17 विच रह के 5 दे नाल की करांगे, डिवाइड। ठीक है बेटा, डिवाइड दे सम तुसीं तां ही कर सकदे हो जे तुहानूं टेबल आंदी आ। जे तुहानूं टेबल नहीं आउंदे फिर तुसीं डिवाइड दे टेबल नहीं कर सकदे। इसलिए सब तो पहला तुहानूं टेबल दा आना बहुत जरूरी है। ठीक है बेटा, हुण देखो बेटा 17 ਵਿੱਚ ਰੱਖ ਕੇ ਜਦੋਂ ਆਪਾਂ 5 ਨਾਲ ਡਿਵਾਈਡ ਕਰਾਂਗੇ, ਹੁਣ ਆਪਾਂ ਕੀ ਵੇਖਾਂਗੇ ਕਿ 5 ਦੇ ਟੇਬਲ ਦੇ ਵਿੱਚ 17 ਆਉਂਦਾ ਵਾ। ਜੇ ਤਾਂ ਆਉਂਦਾ ਤੇ ਠੀਕ ਹੈ, ਜੇ ਨਹੀਂ ਆਉਂਦਾ ਫਿਰ ਆਪਾਂ ਕੀ ਕਰਦੇ ਹਾਂ ਕਿ ਇਸ ਤੋਂ ਛੋਟਾ ਜਿਹੜੇ ਡਿਜ਼ਿਟ ਹੁੰਦੇ, ਇਸ ਤੋਂ ਛੋਟੇ ਜਿਹੜੇ ਡਿਜ਼ਿਟ ਹੁੰਦੇ ਆ ਉਹ ਲਿਖਦੇ ਹਾਂ ਆਪਾਂ। ਠੀਕ ਆ, ਆਪਾਂ ਟੇਬਲ ਪੜ੍ਹ ਕੇ ਵੇਖਦੇ ਹਾਂ। 5 1 ਜਾਂ 5, 5 2 ਜਾਂ 10, 5 3 ਜਾਂ 15, 5 4 ਜਾਂ 20। ਜਾਣੀ ਕਿ ਜਿਹੜਾ ਜੇ ਆਪਾਂ 4 ਤੇ ਜਾਵਾਂਗੇ ਤੇ 20 ਆ ਜਾਂਦਾ, ਵੱਡਾ ਆ ਜਾਂਦਾ। ਠੀਕ ਆ, ਇਸ ਕਰਕੇ ਆਪਾਂ ਛੋਟਾ, ਹੁਣ 17 ਤੇ ਆਇਆ ਨੀ 5 ਦੇ ਟੇਬਲ ਚ। ਠੀਕ ਆ, ਹੁਣ 17 ਤੋਂ ਛੋਟਾ ਕੀ ਜਿਹੜਾ ਆਇਆ ਸੀ, 15 ਆਇਆ ਸੀ ਨਾ। ਹੁਣ ਕਿਤੇ ਜਾਏਗਾ ਇਹ 5 3 ਜਾਂ 15। 3 ਆਪਾਂ ਉੱਪਰ ਲਾਵਾਂਗੇ ਤੇ ਨੀਚੇ ਆਪਾਂ ਲਿਖਾਂਗੇ 15। ਠੀਕ ਆ, ਹੁਣ ਕੀ ਕਰਾਂਗੇ ਬੇਟਾ, ਇਹਨੂੰ ਆਪਾਂ ਕੀ ਆ ਮਾਈਨਸ ਕਰ ਦਾਂਗੇ। 7 ਚੋ 5 ਗਿਆ, ਕਿੰਨਾ ਆਇਆ ਆਪਣੇ ਕੋਲ 2। ਠੀਕ ਆ, 1 ਚੋ 1 ਗਿਆ 0, ਇੱਥੇ ਤੁਸੀਂ 0 ਲਿਖ ਵੀ ਸਕਦੇ ਹੋ, ਜੇ ਨਹੀਂ ਵੀ ਲਿਖਦੇ ਤਾਂ ਵੀ ਕੋਈ ਗੱਲ ਨਹੀਂ। ਠੀਕ ਹੈ ਬੇਟਾ, ਹੁਣ ਬੇਟਾ ਦੇਖੋ ਜਿਹੜਾ ਉੱਪਰ ਵਾਲਾ ਹੁੰਦਾ ਨਾ, ਉਹ ਕੀ ਹੁੰਦਾ ਕੋਸ਼ੀਅੰਟ, ਉਹ ਤੁਸੀਂ ਇੱਥੇ ਲਿਖਣਾ। ਤੇ ਜਿਹੜਾ ਬੱਚਿਆ ਹੁੰਦਾ, ਜਿਵੇਂ 2 ਬਚ ਗਿਆ ਨਾ, ਇਹ ਕੀ ਹੁੰਦਾ ਰਿਮਾਈਂਡਰ, ਇੱਥੇ ਤੁਸੀਂ ਲਿਖੋਗੇ 2। ਕਿੰਨਾ ਬੱਚਾ ਸੀ ਆਪਣੇ ਕੋਲ 2। क्लियर, इसी तरह बेटा अपना अगला सम करांगे, थर्ड सम करांगे। इहदे विच की है 47 डिवाइड बाय 8। 47 नूं विच रख के तुसीं किहदे नाल डिवाइड करनी है, 8 दे नाल। हुण इसी तरह पहला तुसीं 8 दा टेबल पढ़ना वा, देखना वा कि 8 दे टेबल दे विच 47 आउंदा वा। जे तां आउंदा तां फिर तां बहुत वधिया, जे नहीं आउंदा फिर 47 तों छोटे वाले नूं लिखांगे। 8 ਦੇ ਟੇਬਲ ਦੇ ਵਿੱਚ 47 ਨਹੀਂ ਹੁੰਦਾ, ਹੁਣ ਇਸ ਤੋਂ ਛੋਟਾ ਕੀ ਆਏਗਾ, 8 5 ਜਾਂ ਹੁੰਦੇ ਆ 40, ਇੱਥੇ 5 ਤੇ ਜਾਏਗਾ ਇਹ। ਠੀਕ ਹੈ ਬੇਟਾ, ਹੁਣ ਆਪਾਂ ਕੀ ਕਰਨਾ, 7 ਚੋਂ 0 ਮਾਈਨਸ ਕੀਤਾ ਤੇ ਕਿੰਨਾ ਆਇਆ ਆਪਣੇ ਕੋਲ 7। 4 ਚੋਂ 4 ਗਿਆ, ਕਿੰਨਾ ਆਇਆ 0। ਠੀਕ ਆ, ਹੁਣ ਕੁਐਸਚਨ ਕਿੰਨਾ ਆਪਣਾ 5, ਤੁਸੀਂ 5 ਇੱਥੇ ਲਿਖੋਗੇ। ਰਿਮਾਈਂਡਰ ਕਿੰਨਾ 7, 7 ਤੁਸੀਂ ਇੱਥੇ ਲਿਖੋਗੇ। ਕਲੀਅਰ, ਇਸੇ ਤਰ੍ਹਾਂ ਹੀ ਬੇਟਾ ਆਪਾਂ ਆਪਣਾ ਨੈਕਸਟ ਸਮ ਕਰਾਂਗੇ, 82 ਡਿਵਾਈਡ ਬਾਏ 9। 82 ਨੂੰ ਵਿੱਚ ਰੱਖ ਕੇ ਤੁਸੀਂ ਕਿਹਦੇ ਨਾਲ ਡਿਵਾਈਡ ਕਰਨਾ ਵਾ, 9 ਦੇ ਨਾਲ। ਠੀਕ ਆ, ਹੁਣ ਦੇਖੋ 9 ਦੇ ਟੇਬਲ ਵਿੱਚ 82 ਆਉਂਦਾ ਨਹੀਂ ਆਉਂਦਾ, ਹੁਣ 82 ਤੋਂ ਛੋਟਾ ਕੀ ਆਏਗਾ, 81 ਆਏਗਾ, ਕਿਉਂਕਿ 9 9 ਜੋ ਹੁੰਦੇ ਆ 81, 9 ਤੇ ਜਾਏਗਾ। ਠੀਕ ਆ, 2 ਚੋਂ 1 ਗਿਆ, ਕਿੰਨਾ ਬਚਿਆ ਆਪਣੇ ਕੋਲ 1। 8 ਚੋਂ 8 ਗਿਆ, ਕਿੰਨਾ ਆਇਆ 0। ਠੀਕ ਹੈ ਬੇਟਾ, ਹੁਣ ਆਪਣਾ ਕੁਐਸਚਨ ਕਿੰਨਾ ਹੈ, 9 9 ਤੁਸੀਂ ਇੱਥੇ ਲਿਖ ਦੋਗੇ। ਰਿਮਾਈਂਡਰ ਕਿੰਨਾ ਹੈ, 1 1 ਤੁਸੀਂ ਇੱਥੇ ਲਿਖ ਦੋਗੇ। ਠੀਕ ਹੈ ਬੇਟਾ, ਇਸੇ ਤਰ੍ਹਾਂ ਹੀ ਤੁਸੀਂ ਜਿਹੜੇ ਆਪਣੇ ਬਾਕੀ ਦੇ ਸਾਹਮਣੇ ਆਪਣੀ ਬੁੱਕ ਤੇ ਸੋਲਵ ਕਰਨੇ ਆ। ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਸਮਝ ਵਿੱਚ ਆ ਗਿਆ ਹੋਵੇਗਾ। ਥੈਂਕ ਯੂ।